ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਟੂ ਨਾਮਨੀਤ ਕਿਚਨ ਵਲੌਗ। ਅੱਜ ਅਸੀਂ ਜਿਹੜੀ ਰੈਸਪੀ ਲੈ ਕੇ ਆਏ ਤੁਹਾਡੇ ਲਈ ਉਹ ਹੈਗੀ ਹੈ ਜੀ ਕਾਜੂ ਕਤਲੀ। ਤੇ ਇਹ ਮਠਿਆਈ ਤੁਹਾਨੂੰ ਪਤਾ ਕਿ ਬਹੁਤ ਹੀ ਮਹਿੰਗੀ ਬਾਜ਼ਾਰ ਤੋਂ ਮਿਲਦੀ ਆ, ਤੇ ਜਦੋਂ ਫੈਸਟੀਵਲ ਹੁੰਦੇ ਆ ਤੇ ਸੀਜ਼ਨ ਫੈਸਟੀਵਲ ਦਾ ਹੁੰਦਾ ਤਾਂ ਉਦੋਂ ਤਾਂ ਹੋਰ ਵੀ ਜਿਹੜੀ ਆ ਜ਼ਿਆਦਾ ਕੋਸਟਲੀ ਹੋ ਜਾਂਦੀ ਆ। ਤੇ ਜੇ ਤੁਸੀਂ ਮਾੜੀ ਮੋਟੀ ਸ਼ੋਪ ਤੋਂ ਲੈਣੀ ਆ ਤੁਹਾਨੂੰ 500 ਤੱਕ ਮਿਲ ਜਾਏਗੀ। ਜੇ ਤੁਸੀਂ ਵਧੀਆ ਸ਼ੋਪ ਤੋਂ ਲਓਗੇ ਤੇ ਇਹ 1000 ਰੁਪਇਆ 1500 ਰੁਪਇਆ ਤੱਕ ਵੀ ਮਿਲ ਜਾਂਦੀ ਆ। ਸੋ ਇਹ ਅੱਜ ਅਸੀਂ ਜਿਹੜੀ ਹੈ ਘਰੇ ਬਣਾ ਕੇ ਤੁਹਾਨੂੰ ਦੱਸ ਰਹੇ ਹਾਂ, ਸੋ ਦੀਵਾਲੀ ਆਉਣ ਵਾਲੀ ਹੈ, ਤੁਸੀਂ ਵੀ ਜ਼ਰੂਰ ਆਪਣੇ ਘਰ ਟਰਾਈ ਕਰਿਓ। ਥੋੜ੍ਹੀ ਇਹ ਹੈ ਕਿ ਚੀਨੀ ਹੁੰਦੀ ਹੈ ਇਹਦੇ 'ਚ, ਉਹ ਮੈਂ ਤੁਹਾਨੂੰ ਪਹਿਲਾਂ ਦੱਸਦਾ, ਚੀਨੀ ਇਹਦੇ 'ਚ ਪੈਂਦੀ ਹੈ। ਦੋ ਹੀ ਤੇ ਚੀਜ਼ਾਂ ਤੋਂ ਬਣਦੀ ਹੈ, ਇੱਕ ਚੀਨੀ ਤੋਂ ਬਣਦੀ ਆ ਤੇ ਇੱਕ ਇਹਦੇ 'ਚ ਜਿਹੜਾ ਕਾਜੂ ਪੈਂਦਾ। ਕਾਜੂ ਤੇ ਤੁਹਾਨੂੰ ਜਦੋਂ ਕਾਜੂ ਕਤਲੀ ਹੈ ਤੇ ਕਾਜੂ ਤੇ ਪੈਂਦੀ ਜਿਹੜੀ ਮਠਿਆਈ ਬਣਦੀ ਆ ਜੀ, ਉਹ ਵੀ ਸ਼ੂਗਰ ਤੋਂ ਬਣ ਰਹੀ ਆ। ਹਾਂ ਤੇ ਚਲੋ ਉਹੀ ਤਾਂ ਹੈ ਕਿ ਉਹ ਜ਼ਿਆਦਾ ਚੀਨੀ ਪਾਉਂਦੇ ਆ, ਪਰ ਅਸੀਂ ਜਿਹੜਾ ਆ ਕਿ ਚੀਨੀ ਘੱਟ ਪਾਵਾਂਗੇ। ਅਸੀਂ ਕਾਜੂ ਜਿਹੜੇ ਆ ਇਸ ਤਰ੍ਹਾਂ ਟੁੱਟੇ ਹੋਏ ਲੈ ਲਏ ਆ, ਜ਼ਰੂਰੀ ਨਹੀਂ ਕਿ ਤੁਹਾਨੂੰ ਫਾਈਨ ਕਾਜੂ ਲੈਣੇ ਆ। ਤੁਸੀਂ ਸਾਬਤ ਹੋਣਗੇ ਤੇ ਉਹ ਵੀ ਹੀ ਮਠਿਆਈ ਬਣਦੀ ਆ, ਇਹੋ ਜਿਹੀ ਕੋਈ ਗੱਲ ਨਹੀਂ। ਜਿਹੜੇ ਟੁੱਟੇ ਹੋਏ ਕਾਜੂ ਆ, ਜਿਹਨੂੰ ਆਪਾਂ ਟੋਟਾ ਵੀ ਬੋਲ ਦਿੰਦੇ ਹਾਂ, 2 ਫੜ ਬੋਲ ਦਿੰਦੇ ਹਾਂ, 4 ਫੜ ਕੁਛ ਵੀ ਤਰ੍ਹਾਂ, ਤੇ ਇਹਨਾਂ ਨੂੰ ਤੁਸੀਂ ਥੋੜ੍ਹਾ ਜਿਹਾ ਚੈੱਕ ਕਰ ਲਓ ਕਿ ਕੋਈ ਇਹਦੇ 'ਚ ਹੈ ਤਾਂ ਨਹੀਂ ਕੁਛ। ਕਈ ਵਾਰ ਕਈ ਕਾਜੂ ਖਰਾਬ ਹੁੰਦੇ ਆ, ਕਈ ਉਹਨਾਂ ਦੇ ਹਾਰਟ ਜਾਂ ਸਿਲਕਾ ਜਿਹਾ ਵਿੱਚ ਹੁੰਦਾ ਹੈ। ਤੇ ਇਹ ਅਸੀਂ ਲਏ ਆ ਜੀ 200 ਗ੍ਰਾਮ ਕਾਜੂ, ਤੇ ਇਹਨਾਂ ਨੂੰ ਅਸੀਂ ਜਿਹੜਾ ਪੀਸ ਲੈਂਦੇ ਹਾਂ। ਲਓ ਜੀ ਕਾਜੂ ਅਸੀਂ ਪੀਸ ਲਾਂਗੇ ਹੁਣ। ਬਹੁਤ ਜ਼ਿਆਦਾ ਨਹੀਂ ਚਲਾਉਣਾ, ਜੇ ਬਹੁਤ ਜ਼ਿਆਦਾ ਆਪਾਂ ਚਲਾਇਆ ਇਹਨੂੰ ਤੇ ਇਹਦੇ 'ਚ ਜਿਹੜਾ ਆਇਲ ਬਹੁਤ ਜ਼ਿਆਦਾ ਹੁੰਦਾ, ਇਹਦਾ ਆਇਲ ਨਿਕਲ ਜਾਣਾ ਹੈ, ਫਿਰ ਇਹਦਾ ਜਿਹੜਾ ਪੇਸਟ ਆਪਣਾ ਆਟਾ ਨਹੀਂ ਬਣਨਾ ਹੈਗਾ। ਆਟਾ ਹੀ ਕਹਿ ਸਕਦੇ ਹਾਂ, ਇਹਨੂੰ ਆਪਾਂ ਬੰਦ ਕਰ ਕਰਕੇ ਹੌਲੀ ਹੌਲੀ ਚਲਾਵਾਂਗੇ। ਲੋ ਜੀ ਇਹ ਦਰਦਰਾ ਜਿਹਾ ਪੀਸ ਗਿਆ, ਇਹਨੂੰ ਆਪਾਂ ਇੱਕ ਛਾਨਣੀ ਨਾਲ ਛਾਣ ਲਾਂਗੇ। ਛਾਨਣ ਦੇ ਨਾਲ ਇਹ ਹੈ ਕਿ ਜਿਹੜਾ ਜੇ ਕੁਛ ਮੋਟਾ ਰਹਿ ਗਿਆ ਹੋਏਗਾ ਉਹ ਜਿਹੜਾ ਛਾਨਣੀ ਦੇ ਵਿੱਚ ਰਹਿ ਜਾਏਗਾ, ਤੇ ਸਾਰਾ ਜਿਹੜਾ ਪਾਊਡਰ ਹੋਏਗਾ ਨੀਚੇ ਚਲ ਜਾਏਗਾ। ਇਸ ਤਰ੍ਹਾਂ ਇਹਦੇ ਜਦੋਂ ਆਪਾਂ ਪੀਸਦੇ ਹਾਂ ਤੇ ਇਹਦੇ ਥੋੜ੍ਹੀਆਂ ਜਿਹੀਆਂ ਢੇਲੀਆਂ ਜਿਹੀਆਂ ਬਣ ਜਾਂਦੀਆਂ, ਹੱਥ ਦੇ ਨਾਲ ਅਸੀਂ ਇਸ ਤਰ੍ਹਾਂ ਮੰਨ ਲਾਂਗੇ। ਇਹਨੂੰ ਅਸੀਂ ਬਾਕੀ ਜਿਹੜਾ ਰਹਿੰਦਾ ਉਹਨੂੰ ਫੇਰ ਇੱਕ ਪੀਸ ਲਓ। ਇਸ ਤਰ੍ਹਾਂ ਹਲਾ ਹਲਾ ਕੇ ਇਹਨੂੰ ਪੀਸਾਂ, ਕਿਉਂਕਿ ਇਹ ਬੜੀ ਜਲਦੀ ਜਿਹੜਾ ਚਿਪਕ ਜਾਂਦਾ ਹੈ, ਇਹਦਾ ਆਇਲ ਨਿਕਲ ਜਾਂਦਾ ਹੈ ਥੋੜ੍ਹਾ ਜਿਹਾ ਗਰਮ ਹੋਣ ਨਾਲ। ਨਾਲ ਹੀ ਚਿਪਕ ਗਿਆ ਸਾਰਾ, ਲਓ ਜੀ ਇਹ ਸਾਰਾ ਆਪਾਂ ਛਾਣ ਲਿਆ। ਹੁਣ ਇਹਦੇ ਵਿੱਚ ਅਸੀਂ 200 ਗ੍ਰਾਮ ਅਸੀਂ ਕਾਜੂ ਲਏ ਆ ਤੇ 150 ਗ੍ਰਾਮ ਅਸੀਂ ਚੀਨੀ ਪਾਵਾਂਗੇ। 150 ਪੈਂਦੀ ਆ ਪਰ ਆਪਾਂ ਥੋੜ੍ਹੀ 150 ਤੋਂ ਘੱਟ ਪਾਵਾਂਗੇ, ਅਤੇ ਵਿੱਚ ਥੋੜ੍ਹਾ ਜਿਹਾ ਆਪਾਂ ਮਿਲਕ ਪਾਊਡਰ ਪਾਵਾਂਗੇ। ਜਿਸ ਤਰ੍ਹਾਂ 200 ਗ੍ਰਾਮ ਸਾਡੇ ਕੋਲ ਕਾਜੂ ਅਤੇ ਇਹਦੇ 'ਚ ਆਪਾਂ 30 ਗ੍ਰਾਮ ਜਿਹੜਾ ਮਿਲਕ ਪਾਊਡਰ ਪਾ ਰਹੇ ਹਾਂ। ਮੈਨੂੰ ਬਹੁਤ ਹੀ ਚੰਗੀ ਤਰ੍ਹਾਂ ਇਹਦੇ ਸਾਰੇ 'ਚ ਮਿਕਸ ਕਰਨਾ ਹੈ। ਚੰਗੀ ਤਰ੍ਹਾਂ ਹੱਥਾਂ ਦੇ ਨਾਲ ਇਸ ਤਰ੍ਹਾਂ ਕਰਕੇ ਇਹਨੂੰ ਮਲ ਲਓ ਵਿੱਚ।
मिल्क पाउडर दे नाल जड़ा है और भी टेस्टी बन जाती है। कई नहीं भी पाते मिल्क पाउडर। कई होर तरीकों ना भी बनती है काजू कतली। कई इनू जड़े काजू नू पहलो धो के दो तीन पानी च धो के ते धो के फिर पीस के ते उहदा पेस्ट जिहा बना लैंदे आ। पेस्ट बना के वह इस तो भी सौखा तरीका आ। पेस्ट बना के ते उहदे विच ही जड़ा आ खंड पा लैंदे आ, फिर उहनू जड़ा थोड़ा गर्म करके उहदे पीस कट लैंदे आ। वह इस तो भी सौखा तरीका है थोड़ा जिहा आपां थोड़ा टफ लै गए मैथड, वो भी अपन किसी दिन बनावांगे। तो जी सारा चंगी तरह मिक्स हो गया। जे कि लगता थानू की रह गया तो तुम और चंगी तरह कर लो हाथों के नाल मिक्स। हो ही गया लगता तो दिसत नहीं कितने पाउडर नहीं कर लिया है। कढ़ाई रख दे गैस ते लो जी असी गैस के उपर पौना कप पानी का पा के रख लिया। हुण असी इहदे च जिहड़ी आ चीनी ऐड कर दांगे। ਅਸੀਂ ਪੀਸੀ ਹੋਈ ਚੀਨੀ ਲਈ ਆ, ਤੁਸੀਂ ਸਾਬਤ ਵੀ ਪਾ ਸਕਦੇ ਜੇ ਇਹ ਮੇਰੇ ਕੋਲ ਪਈ ਸੀ ਤੇ ਮੈਂ ਕਿਹਾ ਚਲੋ ਯੂਜ਼ ਕਰ ਲੈਂਦੇ ਹਾਂ ਇਹੀ ਆਪਾਂ। ਤੇ ਇਹ ਵੀ ਆਪਾਂ ਜਿਹੜੀ ਆ ਚਾਸ਼ਨੀ ਬਣਾ ਲਾਂਗੇ ਇੱਕ ਤਾਰ ਤੋਂ ਥੋੜੀ ਉੱਪਰ। कलर वाइट करने वास्ते इहदे विच कई लोग जिहड़ा हाइड्रो पाउडर पाउंदे आ, उह मेरे कोल है भी आ पर मैं पाउणा नहीं आ क्योंकि लोड नहीं पाउंदी। खंड जिहड़ी रिझनी शुरू हो गई आ। ਮਾੜੀ ਮਾੜੀ ਹਜੇ ਥੋੜ੍ਹੀ ਜਿਹੀ ਤਾਰ ਬਣਨੀ ਸ਼ੁਰੂ ਹੋਈ ਆ, ਪਰ ਇੱਕ ਤਾਰ ਤੋਂ ਥੋੜ੍ਹਾ ਆਪਾਂ ਜਿਹੜਾ ਇਹਨੂੰ ਵੱਧ ਪਕਾਵਾਂਗੇ। ਲਓ ਜੀ ਇੱਕ ਤਾਰ ਚਾਸ਼ਨੀ ਬਣ ਗਈ ਤੇ ਆਪਾਂ ਇੱਕ ਤਾਰ ਤੋਂ ਥੋੜ੍ਹਾ ਜਿਹਾ ਜਿਹੜਾ ਵੱਧ ਪਕਾਉਣਾ ਹੈ। ਦੋ ਮਿੰਟ ਵੀ ਨਹੀਂ, ਇੱਕ ਮਿੰਟ ਹੀ ਬਸ ਆਪਾਂ ਕਰਕੇ ਇਹਦੇ ਚ ਜਿਹੜਾ ਅਸੀਂ ਮਿਕਸ ਕਰਕੇ ਰੱਖਿਆ ਸੀ ਇਹਨੂੰ ਥੋੜਾ ਸਿਮ ਤੇ ਕਰ ਦਾਂਗੇ। ਮਿਲਕ ਪਾਊਡਰ ਤੇ ਕਾਜੂ ਦਾ ਜਿਹੜਾ ਅਸੀਂ ਪਾਊਡਰ ਬਣਾ ਕੇ ਰੱਖਿਆ ਉਹ ਆਪਾਂ ਇਹਦੇ ਚ ਐਡ ਕਰ ਦਾਂਗੇ। ਇੱਕਦਮ ਸਾਰਾ ਹੀ ਪਾ ਦੇਣਾ ਹੈ। ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ। हो गया पर इन्हें हौली हौली सारा जरा इकट्ठा हो जाना है। ਦੇਖ ਸਕਦੇ ਜੀ ਹੁਣ ਇਕੱਠਾ ਹੋਣਾ ਸ਼ੁਰੂ ਹੋ ਗਿਆ ਹੌਲੀ ਹੌਲੀ।
ਤੇ ਅਸੀਂ ਗੈਸ ਕਰ ਦਾਂਗੇ ਬੰਦ। बटर पेपर ले लिया, बटर पेपर ऊपर थोड़ा जा घ्यो लावांगे, ग्रीस कर लांगे इस तरह घ्यो दे नाल। ਇਹ ਸਾਰਾ ਜਿਹੜਾ ਮਟੀਰੀਅਲ ਅਸੀਂ ਇਹਦੇ ਉੱਪਰ ਪਾਵਾਂਗੇ। ਇਹ ਥੋੜ੍ਹਾ ਹਾਰਡ ਹੋ ਜਾਂਦਾ ਫਿਰ ਇਹਨੇ ਠੰਡਾ ਹੋ ਕੇ, ਅਤੇ ਜਦੋਂ ਆਪਾਂ ਥੋੜ੍ਹਾ ਜਿਹਾ ਇਹਨੂੰ ਮਲਾਂਗੇ ਫਿਰ ਇਹਨੇ ਸੌਫਟ ਹੋ ਜਾਣਾ। ਹੁਣ ਅਸੀਂ ਬਟਰ ਪੇਪਰ ਦੇ ਨਾਲ ਇਸ ਤਰ੍ਹਾਂ ਨੂੰ ਮਸਲਾਂਗੇ। ਗਰਮ ਹੋ ਥੋੜ੍ਹੀ, ਇਹਨੇ ਬਿਲਕੁਲ ਜਿਹੜੀ ਹੈ ਸੌਫਟ ਹੋ ਜਾਣਾ। ਹੁਣ ਇਹ ਮੈਨੂੰ ਕੜਾਹੀ ਚੋਂ ਸਮਾਪਤੀ ਨਹੀਂ ਵੀ ਚਿਪਕੀ ਪਈ, ਹੁਣ ਤੁਸੀਂ ਦੇਖ ਸਕਦੇ ਜੇ ਕਿ ਇਹ ਸੌਫਟ ਹੁੰਦੀ ਪਈ ਆ। ਜਿੱਥੇ ਬਟਨ ਨਹੀਂ ਨਾ ਲੱਗਾ ਇਹ ਪਚੀ ਕੰਡੇ ਹਾਂ, ਉੱਥੇ ਮੈਂ ਬਟਰ ਸਾਰੇ ਨਹੀਂ ਲਾਇਆ। ਹੁਣ ਇਹਨੂੰ ਚੰਗੀ ਤਰ੍ਹਾਂ ਫੈਲਾ ਦਾਂਗੇ ਆਪਾਂ, ਹੱਥ ਦੇ ਨਾਲ ਫੈਲਾ ਲਓ ਜਾਂ ਜਿੰਨੀ ਕੁ ਮੋਟੀ ਤੁਸੀਂ ਰੱਖਣੀ ਆ ਉਸ ਹਿਸਾਬ ਨਾਲ ਬਣਾ ਲਓ ਇਹਨੂੰ। ਵੇਲਣੇ ਨਾਲ ਵੀ ਵੇਲ ਸਕਦੇ ਜੀ, ਇਸ ਤਰ੍ਹਾਂ ਵੇਲਣੇ ਨਾਲ ਵੇਲ ਲਓ। ਕਾਜੂ ਕਤਲੀ ਦੇ ਵੈਸੇ ਜਿਹੜੇ ਪੀਸ ਆ ਉਹ ਬੜੇ ਪਤਲੇ ਹੁੰਦੇ ਆ, ਅਸੀਂ ਥਾਲ ਹੀ ਪੁੱਠਾ ਕਰਕੇ ਉਹਦੇ ਉੱਤੇ ਵੇਲਣੀ ਸ਼ੁਰੂ ਕਰ ਦਿੱਤੀ ਆ। ਠੀਕ ਹੋ ਗਈ, ਇੰਨੀ ਕੁ ਮਟਾਈ ਰੱਖੀ ਆ, ਇਹਦੇ ਉੱਪਰ ਲਾ ਦਾਂਗੇ ਆਪਾਂ ਹੁਣ ਚਾਂਦੀ ਦੇ ਵਾਂਗ, ਲਾ ਦਾਂਗੇ ਜੀ ਅਸੀਂ ਇਹਦੇ ਉੱਪਰ ਚਾਂਦੀ ਦਾ ਵਰਕ। ਇਹ ਬਹੁਤੀ ਵਾਰ ਤੇ ਹੱਥ ਨਹੀਂ ਚਿਪਕ ਜਾਂਦੇ ਨੇ। ਅੱਧਾ ਕੁ ਰਹਿ ਗਿਆ ਇੱਧਰ, ਇਹਨੂੰ ਅਸੀਂ ਕਰ ਦਾਂਗੇ ਇੱਥੇ। ਚੰਗੀ ਤਰ੍ਹਾਂ ਪ੍ਰੈਸ ਕਰ ਦਾਂਗੇ, ਨਾ ਵੀ ਲਾਓ ਚਾਂਦੀ ਦੇ ਵਰਕ ਕੋਈ ਜ਼ਰੂਰੀ ਨਹੀਂ ਹੈਗਾ, ਜੇ ਤੁਸੀਂ ਲਾਉਣਾ ਤਾਂ ਲਾਓ ਕੋਈ ਇੱਦਾਂ ਜ਼ਰੂਰੀ ਨਹੀਂ। ਸਾਈਡਾਂ ਤੋਂ ਆਪਾਂ ਇਹਦਾ ਕਟਿੰਗ ਕਰ ਦਾਂਗੇ। ਇਹ ਵੇਸਟ ਤੁਸੀਂ ਜਾਏਗੀ ਤੁਸੀਂ ਦੇਖ ਸਕਦੇ ਕਿੰਨੀ ਵਧੀਆ ਬਣੀ ਆ, ਜਲਦੀ ਜਲਦੀ ਚੈੱਕ ਕਰਕੇ ਦੱਸੋ। ਸੌਫਟ ਇਹ ਮੈਂ ਸਾਈਡਾਂ ਤੋਂ ਤਾਂ ਕੱਢਦੀ ਪਈ ਕਿ ਜਿਹੜੇ ਪੀਸ ਜਿਹੜੇ ਆ ਵਧੀਆ ਬਣਨਗੇ। ਬਹੁਤ ਸਵਾਦ ਆ, ਕੋਈ ਬਹੁਤਾ ਠੰਡੀ ਠੰਡਾ ਕਰਨ ਦਾ ਵੀ ਨਹੀਂ ਲੋੜ, ਛੇਤੀ ਠੰਡੀ ਹੋ ਗਈ ਨਾਲ ਹੀ ਕੱਟੀ, ਗਰਮ ਆ ਪਰ ਕੱਟੀ ਜਾ ਰਹੀ ਬੜੀ ਵਧੀਆ ਆਸਾਨੀ ਨਾਲ। ਇਹ ਪਹਿਲੋਂ ਖਾ ਲਾਂਗੇ ਜੀ ਪੀਸ ਅਸੀਂ।
लो जी हम इसे काट पांगे। गरम आज लो जी ये भी अपन दिवाली स्पेशल बनाती। असी साढ़े शहर की एक मनी परमनी दुकान आपका ना नहीं लैना, असं उतो कुछ लैन गए एक दिन जिस तरह पिछे तो तुम्हें पता ही है कि करवा चौथ निकलिया तो असी मोस्टली उतो ही लैके आने सारा कुछ जे लिया हो घर भी बना लीदा ज़्यादा घर ही बनाई दा। तो जिस तरह फैनिया मैं कभी बनाइया नहीं तो आप फैनिया लैन चले गए। चलो वर्त नहीं रखते पर होंगे है कि चलो सारी चीज जोड़े त्यौहार वो सैलीब्रेट कर लीए वो असी लैन गए उतों तो असी फैनिया भी लै लिया मठिया भी लै लिया। तो जो असी जलेबियां लैन लगे तो जोड़ा उत्थे वर्कर से उन्होंने कुक से जो भी जोड़ा है ना तो वह बेच ही पान खा के तो उत्थे थुकदा पिया ही देख बन जाएगा इस तरह। मैं ओदी गल करती पी ही कि वो उत्थे ही खा मतलब कि पान वगैरह कुछ खा रहा सी उत्थे ही वो नाल थुकदा पिया सी ते साडा मन इन्ना खराब होया उन्हूं वेख के ते फिर असीं ओदी कंप्लेंट भी कीती पर तुहानूं पता है कि शॉप वाले माड़ा जिहा कहिंदे आ बस ठीक है चलो ये हाथ धो के आ चलो। पर असीं फिर साडा जिहड़ा पहला समान लै लिया वो तो सानूं लैणा पिया पर असीं बाद च होर कुछ नहीं उत्थों लिया तो उस तरह ही असीं घरे आ गए। लो जी हुण आपां पीस कटदे आ ते ਇੱਦਾਂ ਤਾਂ ਕਈ ਸ਼ੋਪਸ 'ਤੇ ਹੁੰਦਾ ਹੋਏਗਾ ਪਰ ਜਦੋਂ ਅੱਖੀ ਵੇਖ ਲਈਏ ਨਾ ਹਾਂ ਅੱਖੀ ਵੇਖ ਕੇ ਕੀ ਕਹਿੰਦੇ ਹੁੰਦੇ ਜ਼ਹਿਰ ਨਹੀਂ ਖਾਧਾ ਜਾਂਦਾ ਬੜੇ ਸੋਹਣੇ ਪੀਸ ਕੱਟ ਰਹੇ ਹਲਵਾਈ ਬਣ ਗਈ ਨਾ ਮੈਂ ਕੋਈ ਬਹੁਤਾ ਠੰਡੇ ਕਰਨ ਦੀ ਲੋੜ ਨਹੀਂ ਆ ਮੈਂ ਨਾਲ ਨਾਲ ਹੀ ਕੱਟ ਲਏ ਪੀਸ ਕੱਟੇ ਗਏ ਬਹੁਤ ਵਧੀਆ ਬੱਚਾ ਪਾਰਟੀ ਨੂੰ ਜੇ ਪਤਾ ਨਹੀਂ ਲੱਗਾ। ਲਓ ਜੀ ਸਾਡੀ ਕਾਜੂ ਕਟਲੀ ਬਣ ਕੇ ਤਿਆਰ ਆ ਹੁਣ ਸੀ ਦੇਖ ਸਕਦੇ ਜੀ ਤੁਸੀਂ ਕਿੰਨੀ ਸੋਹਣੀ ਬਣੀ ਆ ਜੀ ਬਾਜ਼ਾਰ ਵਰਗੀ ਬਾਜ਼ਾਰ ਵਰਗੀ ਕੀ ਬਾਜ਼ਾਰ ਤੋਂ ਵੀ ਵਧੀਆ ਜਿਹੜੀ ਆ ਕਾਜੂ ਕਟਲੀ ਬਣ ਕੇ ਤਿਆਰ ਆ ਅਤੇ ਕਮੈਂਟ ਕਰਕੇ ਦੱਸਿਓ ਜੀ ਕਿਵੇਂ ਦੀ ਲੱਗੀ ਸਾਡੀ ਇਹ ਰੈਸਪੀ ਜੇ ਚੰਗੀ ਲੱਗੀ ਆ ਤਾਂ ਲਾਈਕ ਕਰਿਓ ਜੇ ਨਹੀਂ ਚੰਗੀ ਲੱਗੀ ਤਾਂ ਫਿਰ ਨਾਲ ਹੀ ਡਿਸਲਾਈਕ ਦਾ ਬਟਨ ਆ ਡਿਸਲਾਈਕ ਦਵਾ ਦਿਓ ਜੇ ਚੰਗੀ ਲੱਗੀ ਤਾਂ ਬਣਾਇਓ ਜ਼ਰੂਰ। ਹਾਂ ਬਣਾਇਓ ਬਹੁਤ ਈਜ਼ੀ ਆ ਕੋਈ ਔਖੀ ਨਹੀਂ ਹੈਗੀ ਅਤੇ ਬਣਾਇਓ ਜ਼ਰੂਰ ਔਰ ਬਣ ਵੀ ਕਿੰਨੀ ਜਾਂਦੀ ਆ ਆਹ ਸਾਡੇ ਕੋਲ ਕਿੰਨੇ ਪੀਸ ਬਣ ਗਏ ਹੁਣ ਪਰ ਸਾਡੇ ਬੱਚਿਆਂ ਨੇ ਹੁਣੇ ਆ ਜਾਣਾ ਖਾਣ ਉਹਨਾਂ ਨੂੰ ਅਜੇ ਪਤਾ ਨਹੀਂ ਲੱਗਿਆ। ਲਓ ਜੀ ਵੀਡੀਓ ਚੰਗੀ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਚੈਨਲ 'ਤੇ ਪਹਿਲੀ ਵਾਰ ਆਏ ਜਿੱਥੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਓ। ਥੈਂਕ ਯੂ ਜੀ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਲਈ ਮਿਲਦੇ ਹਾਂ ਜਲਦੀ ਹੀ ਇੱਕ ਹੋਰ ਰੈਸਪੀ ਲੈ ਕੇ ਸਭ ਲਾ ਲਓ ਖਾਓ ਸਾਵਲ ਖਾ ਕੇ ਦੱਸੇਗਾ ਤੁਹਾਨੂੰ ਕਿਵੇਂ ਦੀ ਲੱਗੀ ਅਤੇ ਮੈਂ ਵੀ ਖਾ ਕੇ ਦੇਖੀ ਆ ਜਦੋਂ ਅਸੀਂ ਬਾਜ਼ਾਰੋਂ ਲਿਆਉਣੀ ਬਿਲਕੁਲ ਹੀ ਉਹਦੇ 'ਚ ਖੰਡ ਹੁੰਦੀ ਆ ਮੈਨੂੰ ਤਾਂ ਲੱਗਦਾ ਕਿ ਕਾਜੂ ਤਾਂ ਪਾਉਂਦੇ ਨਹੀਂ ਖੰਡ ਨਹੀਂ ਬਣਾਉਂਦੇ ਆ ਪਰ ਇਹਦੇ 'ਚ ਪ੍ਰੋਪਰ ਜਿਹੜਾ ਕਾਜੂ ਦਾ ਟੇਸਟ ਆ ਰਿਹਾ ਖੰਡ ਮੈਂ ਘੱਟ ਪਾਈ ਸੀ ਤੁਹਾਨੂੰ ਮੈਂ ਦੱਸਿਆ ਅਤੇ ਬਹੁਤ ਹੀ ਸਵਾਦ ਲੱਗੀ ਇਹ ਨਹੀਂ ਕਿ ਬਾਜ਼ਾਰੋਂ ਤਾਂ ਬਿਲਕੁਲ ਖੰਡ ਆਉਂਦੀ ਹੈ।